ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪੰਜਾਬ ਡਾਇਰੀ ਵਿੱਚ। ਅਸੀਂ ਗੱਲ ਕਰ ਰਹੇ ਸੀ ਮੇਘਰਾਜ ਮਿੱਤਰ ਜੀ ਨਾਲ, ਮੈਂ ਸਿਮਰਨ ਕਲੇਰ ਹਾਂ, ਅਤੇ ਗੱਲਾਂ ਬਾਤਾਂ ਬਹੁਤ ਭਖਵੀਆਂ ਚੱਲ ਰਹੀਆਂ ਨੇ, ਮੁੱਦਾ ਵੀ ਬਹੁਤ ਭਖਵਾਂ ਹੈ, ਅਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੀ ਹੈ, ਲੋਕਾਂ ਨੂੰ ਦੱਸਣਾ ਹੀ ਹੈ ਕਿ ਕੀ ਸਹੀ ਹੈ ਅਤੇ ਕੀ ਹੈ ਗਲਤ। ਅੱਛਾ ਮਿੱਤਰ ਸਾਹਿਬ, ਇੱਕ ਇਹ ਗੱਲ ਦੱਸੋ ਕਿ ਧਾਰਮਿਕ ਲੋਕਾਂ ਅਤੇ ਤਰਕਸ਼ੀਲ ਜਿਹੜੀ ਸੋਚ ਦੇ ਲੋਕ ਨੇ, ਉਹਨਾਂ 'ਚ ਅੰਤਰ ਕੀ ਹੈ? ਅਸਲ ਮੈਂ ਕਲੇਰ ਸਾਹਿਬ, ਇਸ ਤਰ੍ਹਾਂ ਹੁੰਦਾ ਹੈ ਵੀ ਧਾਰਮਿਕ ਵਿਅਕਤੀ ਜਿਹੜੇ ਉਹ ਤਿੰਨ ਚੀਜ਼ਾਂ 'ਚ ਯਕੀਨ ਕਰਦੇ ਨੇ, ਤਿੰਨ ਚੀਜ਼ਾਂ 'ਚ, ਪਵਿੱਤਰ ਗ੍ਰੰਥ ਵੀ ਹੋ ਸਕਦੇ ਨੇ, ਪਵਿੱਤਰ ਅਸਥਾਨ ਵੀ ਹੋ ਸਕਦੇ ਨੇ, ਪਵਿੱਤਰ ਮੂਰਤੀਆਂ ਵੀ ਹੋ ਸਕਦੀਆਂ ਨੇ। ਤਿੰਨਾਂ 'ਚੋਂ ਹਰੇਕ ਧਾਰਮਿਕ ਵਿਅਕਤੀ ਇੱਕ 'ਚ ਜਾਂ ਦੋ 'ਚ ਜਾਂ ਤਿੰਨਾਂ 'ਚ ਯਕੀਨ ਕਰਦਾ, ਪਰ ਇੱਕ ਚੌਥੀ ਚੀਜ਼ ਵੀ ਹੈ ਮਨੁੱਖਤਾ। ਅਸੀਂ ਤਰਕਸ਼ੀਲ ਮਨੁੱਖਾਂ 'ਚ ਯਕੀਨ ਕਰਦੇ ਹਾਂ, ਇਨਸਾਨੀਅਤ 'ਚ ਯਕੀਨ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਪਹਿਲੀਆਂ ਤਿੰਨ ਚੀਜ਼ਾਂ ਦਾ ਸਿਰਜਣਹਾਰ ਇਨਸਾਨ ਹੈ, ਮਨੁੱਖ ਹੈ, ਅਤੇ ਇਸ ਕਰਕੇ ਸਾਡੇ ਜਿਹੜੇ ਸਾਰੇ ਕਾਰਜ ਨੇ ਉਹ ਮਨੁੱਖਤਾ ਦੀ ਭਲਾਈ ਲਈ ਹੋ ਜਾਂਦੇ ਨੇ। ਜਿਵੇਂ ਅਸੀਂ ਕਹਿੰਦੇ ਹਾਂ ਵੀ ਧਰਮਾਂ ਦੇ ਨਾਂ ਦੇ ਉੱਪਰ ਮਨੁੱਖਤਾ 'ਚ ਵੰਡੀਆਂ ਪਾਉਣੀਆਂ, ਇਹ ਬਿਲਕੁਲ ਗਲਤ ਹੈ। ਹੁਣ ਜਿਹੜੇ ਧਾਰਮਿਕ ਵਿਅਕਤੀ ਹੈ, ਜੇ ਦੇਖਿਆ ਜਾਵੇ 1947 ਦੇ ਵਿੱਚ ਪੰਜਾਬ ਅਤੇ ਬੰਗਾਲ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਪਰ 10 ਲੱਖ ਬੰਦਾ ਉਹੀ ਵੱਢ ਟੁੱਕ ਦਿੱਤਾ ਗਿਆ। ਪਿਛਲੇ ਦਹਾਕੇ ਦੇ ਵਿੱਚ ਪੰਜਾਬ 'ਚ ਦੇਖਿਆ ਜਾਵੇ 80 ਤੋਂ 90 ਦਹਾਕੇ ਦੇ ਵਿੱਚ ਲਗਭਗ 40,000 ਬੰਦਾ AK-47 ਨਾਲ ਹੀ ਭੁੰਨ ਦਿੱਤਾ ਗਿਆ, ਭਾਵੇਂ ਪੁਲਿਸ ਦੀਆਂ AK-47 ਹੋਣ, ਭਾਵੇਂ ਖਾਲਿਸਤਾਨੀਆਂ ਦੀਆਂ AK-47 ਹੋਣ। ਦਿੱਲੀ ਚਲੇ ਜਾਓ, 3,000 ਬੰਦਾ ਗਲਾਂ 'ਚ ਟਾਇਰ ਪਾ ਕੇ ਫੂਕ ਦਿੱਤਾ ਗਿਆ। ਗੋਧਰਾ ਚਲੇ ਜਾਓ, ਅਯੁੱਧਿਆ ਚਲੇ ਜਾਓ, ਧਰਮ ਦੇ ਨਾਂ ਦੇ ਉੱਪਰ ਆਦਮ ਬੋ ਹੋ ਰਹੀ ਹੈ। ਇਸ ਕਰਕੇ ਅਸੀਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਹਾਂ। ਰਹੀ ਗੱਲ ਵੀ ਧਰਮ ਦੇ ਨਾਂ ਦੇ ਉੱਪਰ ਹੁਣ ਜਾਤਾਂ ਪਾਤਾਂ ਵੀ ਪੈਦਾ ਕੀਤੀਆਂ ਜਾ ਰਹੀਆਂ ਨੇ, ਭਾਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਜਿਹੜੀ ਇਸਤਰੀ ਹੈ ਜਿਹੜੀ ਉਹ ਜਿੱਤ ਜੰਮੇ ਰਾਜਾਨ ਬਗਾਲੀ ਗੱਲ ਕਹੀ ਹੈ, ਪਰ ਦੇਖਿਆ ਜਾਵੇ ਕੋਈ ਜਾਤ ਪਾਤ 'ਚੋਂ ਬਾਹਰ ਨਿਕਲਣ ਨੂੰ ਤਿਆਰ ਹੈ ਨਹੀਂ। ਇਹ ਮਨੁੱਖਾਂ ਨੂੰ ਸਿਰਫ ਜਾਤ ਪਾਤ ਦੇ ਨਾਂ ਦੇ ਉੱਪਰ ਜਿਹੜੀਆਂ ਵਧੀਕੀਆਂ ਸਹਿਣੀਆਂ ਪੈ ਰਹੀਆਂ ਨੇ ਉਹ ਦੱਸੀਆਂ ਨੇ। ਜੇ ਪਿਛਲੇ ਸਮੇਂ ਦੀਆਂ ਵਧੀਕੀਆਂ ਦੇਖਣੀਆਂ, ਹੁਣ ਗਲਾਂ 'ਚ ਕੁੱਜੇ ਪੁਆਏ ਹੋਏ ਹੁੰਦੇ ਸੀ ਲੋਕਾਂ ਦੇ, ਅਤੇ ਮਗਰ ਮੋੜੀਆਂ ਬਣਾਈਆਂ ਹੋਈਆਂ ਹੁੰਦੀਆਂ ਸੀ, ਆਈਆਂ ਜਿਹੀਆਂ ਹਾਲਤਾਂ ਸੀ। ਅੱਜ ਹਾਲਤਾਂ ਥੋੜ੍ਹੀਆਂ ਜਿਹੀਆਂ ਸੁਧਰ ਗਈਆਂ। ਅੱਜ ਵੀ ਪੰਜਾਬ ਦੇ ਪਿੰਡਾਂ 'ਚ ਲਓ, ਸੈਂਕੜੇ ਥਾਵਾਂ ਦੇ ਉੱਪਰ ਤੁਹਾਨੂੰ ਅੱਡ ਬਿਠਾ ਕੇ ਚਾਹਾਂ ਪਿਲਾਈਆਂ ਜਾਂਦੀਆਂ ਨੇ ਅਜਿਹੇ ਲੋਕਾਂ ਨੂੰ। ਇਸ ਕਰਕੇ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਹਾਂ। ਹਾਂਜੀ। ਅੱਛਾ, ਇਹ ਇੱਕ ਹੋਰ ਜਿਹੜਾ ਮੇਰੇ ਜਾਂਦੇ ਜਾਂਦੇ ਇੱਕ ਸਵਾਲ ਜਿਹੜਾ ਮੇਰੇ ਜ਼ਹਿਨ ਵਿੱਚ ਆਇਆ, ਆਪਾਂ ਮੀਡੀਆ ਦੀ ਭੂਮਿਕਾ ਦੀ ਵੀ ਗੱਲ ਕਰ ਲਈ ਹੈ, ਕਿਸ ਤਰ੍ਹਾਂ ਆਪਾਂ ਲੋਕਾਂ ਨੂੰ ਸੁਚੇਤ ਕਰੀਏ, ਜਿਸ ਤਰ੍ਹਾਂ ਸਾਡੇ ਜਿਹੜੇ ਸਾਨੂੰ ਦੇਖ ਰਹੇ ਨੇ, ਸਾਡੇ ਜਿਹੜੇ ਵਿਊਅਰਸ ਨੇ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਵੀ ਉਹ ਜਿਹੜੇ ਜੋ ਵੀ ਜਿਨ੍ਹਾਂ ਨੂੰ ਇੱਕ ਉਹ ਆਪਦੇ ਰੂਪ ਵਿੱਚ ਹੀ ਕਈ ਲੋਕ ਕਹਿੰਦੇ ਨੇ ਜੀ ਸਾਡੇ ਬਾਬੇ ਆਉਂਦੇ ਆ, ਜੀ ਸਾਡੀਆਂ ਜਿਹੜੀਆਂ ਔਰਤਾਂ ਨੇ, ਔਰਤਾਂ ਭੈਣਾਂ ਨੂੰ ਉਹ ਮਿਸਯੂਜ਼ ਵੀ ਕਰਦੇ ਨੇ, ਸਾਨੂੰ ਜਿਹੜੀ ਫੀਡਬੈਕ ਵੀ ਮਿਲਦੀ ਹੈ, ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ? ਹਾਂ ਕਲੇਰ ਸਾਹਿਬ, ਮੈਂ ਉਹਨਾਂ ਲਈ ਨਾ ਇੱਕ ਗੱਲ ਹੀ ਕਹਿਣਾ ਚਾਹੂੰਗਾ ਕਿ ਰੱਬ ਸਾਇੰਸਦਾਨਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰ ਤੱਕ ਜਾ ਰਹੀਆਂ ਨੇ, ਕਿਸੇ ਨੂੰ ਕੋਈ ਰੱਬ ਨਹੀਂ ਮਿਲਿਆ। ਸਾਡੇ ਲਈ ਤਾਂ ਰੱਬ ਸਾਡੇ ਲੋਕ ਨੇ, ਪਰ ਸਾਡੇ ਲੋਕਾਂ ਦੇ ਉੱਪਰ ਸਾਨੂੰ ਅਫਸੋਸ ਵੀ ਹੁੰਦਾ ਵੀ ਉਹ ਰੱਬ ਨੂੰ ਨਹੀਂ ਮੰਨਦੇ, ਮੰਨਦੇ ਕਿਉਂ? ਰੱਬ ਦੇ ਏਜੰਟਾਂ ਨੂੰ ਮੰਨਦੇ ਨੇ, ਰੱਬ ਦੇ ਦਲਾਲਾਂ ਨੂੰ ਮੰਨਦੇ ਨੇ, ਇਹਨਾਂ ਬਾਬਿਆਂ ਨੂੰ ਮੰਨਦੇ ਨੇ, ਅਤੇ ਯਾਨੀ ਕਿ ਲੋਕਾਂ ਦੇ ਘਰ ਨੀਵੇਂ ਹੋ ਰਹੇ ਨੇ, ਇਹਨਾਂ ਬਾਬਿਆਂ ਦੇ ਘਰ ਉੱਚੇ ਹੋ ਰਹੇ ਨੇ। ਜਦੋਂ ਘਰ ਉੱਚੇ ਹੋ ਰਹੇ ਨੇ, ਇਹਨਾਂ ਨੇ ਜਦੋਂ ਪੈਸੇ ਹਰਾਮ ਦੇ ਆਉਂਦੇ ਨੇ ਇਹਨਾਂ ਕੋਲ, ਇਹਨਾਂ ਨੇ ਹਰਾਮ ਦੇ ਪੈਸਿਆਂ ਨੂੰ ਮਿਸਯੂਜ਼ ਹੀ ਕਰਨਾ ਹੁੰਦਾ। ਇਸ ਲਈ ਇਹ ਲੇਡੀਜ਼ ਵਾਲਾ ਪੱਖ ਦੇਖ ਲਓ ਜਾਂ ਦੂਸਰਾ ਪੱਖ ਦੇਖ ਲਓ, ਹਰੇਕ ਥਾਂ ਦੇ ਉੱਪਰ ਇਹ ਗੰਦ ਪਾ ਰਹੇ ਨੇ, ਅਤੇ ਇਸ ਕਰਕੇ ਸਮੁੱਚੀ ਮਨੁੱਖਤਾ ਦਾ ਇਹਨਾਂ ਪਰਜੀਵੀਆਂ ਤੋਂ ਖਹਿੜਾ ਛਡਾਉਣਾ ਬਣਦਾ ਹੈ। ਦੋਸਤੋ, ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ। ਮੇਰੇ ਨਾਲ ਮੇਘਰਾਜ ਮਿੱਤਰ ਜੀ ਸੀ, ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ, ਉਹਨਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਆਪਣੇ ਜੋ ਉਹਨਾਂ ਦੇ ਐਕਸਪੀਰੀਅੰਸ ਨੇ ਉਹ ਸਾਨੂੰ ਦਿੱਤੇ ਨੇ। ਉਹਨਾਂ ਦਾ ਇੱਕ ਮਿਸ਼ਨ ਹੈ ਕਿ ਉਹ ਪੰਜਾਬ ਅਤੇ ਸੰਸਾਰ ਪੱਧਰ 'ਤੇ ਵਹਿਮ ਭਰਮ ਜਿਹੜੇ ਨੇ ਉਹ ਖਤਮ ਕਰਨਾ ਚਾਹੁੰਦੇ ਨੇ, ਅਤੇ ਪੰਜਾਬ ਡਾਇਰੀ ਇਸੇ ਤਰ੍ਹਾਂ ਦੇ ਪ੍ਰੋਗਰਾਮ, ਇਸੇ ਤਰ੍ਹਾਂ ਦੇ ਭਾਕਵੇਂ ਮੁੱਦੇ ਲੈ ਕੇ ਹਾਜ਼ਰ ਹੁੰਦਾ ਰਹੇਗਾ। ਮੈਂ ਸਿਮਰਨ ਕਲੇਰ ਇਸੇ ਕੋਸ਼ਿਸ਼ ਕਰਾਂਗਾ ਕਿ ਜਿਹੜੇ ਮੁੱਦੇ ਤੁਹਾਡੇ ਨਾਲ ਜੁੜੇ ਹੋਣ, ਜਿਹੜੇ ਮੁੱਦੇ ਤੁਹਾਡੇ ਨਾਲ ਸਿੱਧੇ ਤੌਰ 'ਤੇ ਜੁੜੇ ਹੋਣ, ਤੁਹਾਨੂੰ ਉਹ ਦਿਖਾਉਂਦੇ ਰਹੀਏ। ਜੇ ਤੁਸੀਂ ਕੋਈ ਆਪਣਾ ਸੁਝਾਅ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ info@worldpunjabitv.net 'ਤੇ ਸਾਨੂੰ ਭੇਜ ਸਕਦੇ ਹੋ, ਅਤੇ ਅਗਲੀ ਵਾਰ ਕਿਸੇ ਭਾਕਵੇਂ ਮੁੱਦੇ, ਕਿਸੇ ਹੋਰ ਇਸ਼ੂ ਨਾਲ ਅਸੀਂ ਹੋਵਾਂਗੇ ਹਾਜ਼ਰ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।